ਲੈ ਤੁਸੀਂ ਗੱਪ ਮੰਨੋਗੇ ਰੱਬ ਨੂੰ ਜਾਣ ਦੇਣੀ ਆ ਜਿਹੜਾ ਭਗਵੰਤ ਮਾਨ ਨੰਬਰ ਚਲਾ ਰਿਹਾ ਵੀ ਸਾਰੇ ਅਦਾਰਿਆਂ ਚ ਮੇਰਾ ਉਹ ਨੰਬਰ ਚੱਲੂ ਤੁਸੀਂ ਕੰਪਲੇਂਟ ਕਰੋ ਹਨਾ ਕੰਪਲੇਂਟ ਉਹ ਨੰਬਰ ਪਤਾ ਕਿਹਦਾ ਮੇਰਾ ਨੰਬਰ ਹੈ ਭਗਵੰਤ ਮਾਨ ਨਾਲ ਮੇਰੀ ਇੰਨੀ ਬਣਦੀ ਆ ਨੀ ਬਣਦੀ ਆ ਤੂੰ ਲਾਲਾ ਸਾਹਿਬ ਮੈਨੂੰ ਕਹਿੰਦਾ ਵੀ ਕਰਤਾ ਰਿਹਾ ਕਹਿੰਦਾ ਨੰਬਰ ਦੇ ਕਹਿੰਦਾ ਤੇਰਾ ਸਿਮ ਸਪੈਸ ਦਾ ਐ ਮਾਰੀਆਂ ਕਾਤਰਾਂ ਮਾਂ ਜਿਹੜਾ ਮਰਜ਼ੀ ਚੱਕ ਲਾ ਤੇਰਾ ਜੀ ਕਰਦਾ ਚੱਕ ਲਾ ਅੰਨੀ ਉਹਦੇ ਨਾਲ ਹੁਣ ਜਾਣੇ ਕਿ ਪੰਜਾਬ ਸੁਧਰੂ ਜੇ ਨਾ ਸੁਧਰੇ ਮੈਂ ਗੱਲ ਤੋਂ ਫੜੂ ਵੀ ਤੂੰ ਕਹਿੰਦਾ ਇੱਕ ਮੌਕਾ ਦਿਓ ਆਪਣੇ ਨੀ ਮੰਨਦਾ ਸੱਜੀ ਬਾਹ ਆ ਭਗਵੰਤ ਮਾਨ ਇਕੱਠੇ ਖੇਡਦੇ ਰਹੇ ਆ ਕਿਉਂ ਲਾਣ ਤੇਰਾ ਗੱਪ ਮਰ ਜਾਣਾ ਖਾ ਕੇ ਗੋਲੀਆਂ ਤੂੰ ਹੋਰ ਲਾ ਲਾ ਗੱਪ ਮੰਨ ਦਿਓ ਤੁਸੀਂ ਇੱਕ ਹੀ ਜੀ ਐਨਕ ਮੰਗਾਈ ਆ ਮੈਂ ਬਾਹਰੋਂ ਮੇਰਾ ਮੁੰਡਾ ਰਹਿੰਦਾ ਬ੍ਰਾਂਟਨ ਮੇਰੀ ਭੈਣ ਦਾ ਮੁੰਡਾ ਰਹਿੰਦਾ ਜਾਣੀ ਕਿ ਜੇ ਮੈਂ ਉਹ ਐਨਕ ਲਾ ਲਾ ਏ ਅੱਖਾਂ ਤੇ ਲਾਊਂਗਾ ਇਥੋਂ ਪਟਿਆਲੇ ਤੱਕ ਬਾਬਾ ਬੰਦੇ ਦੇਖਣਗੇ ਫਿਰਦੇ ਵੀ ਕੀ ਕਰ ਰਹੇ ਨੇ ਅੱਡੀ ਦੂਰ ਦੇਖ ਲੈ ਤੂੰ ਹੈ ਗੱਪ ਮੰਨੋਗੇ ਤੁਸੀਂ ਇਹ ਕਿਉਂ ਝੂਠ ਬੋਲੀ ਜਾਂਦਾ ਲਾਣੇਦਾਰਾ ਦਾਰੂ ਪੀ ਕੇ ਤਾਂ ਤੂੰ ਵਿੱਚ ਮੂਦਦਾ ਮੈਂ ਸੁਣਿਆ ਤੁਸੀਂ ਮਚਦੇ ਹੋ ਵੀ ਸਾਡੀ ਸਰਕਾਰ ਆ ਗਈ ਤੀਜੀ ਲਹਿਰ ਆ ਗਈ ਮਚਦੇ ਹੋ ਭਾਈ ਮਚਦੇ ਕਿਉਂ ਥੋੜੇ ਵੇਲ ਦਾ ਗੱਲ ਕਰ ਜੀ ਘੱਟ ਆ ਉਰੇ ਗੱਪ ਮਾਰੀ ਜਾਂਦਾ ਕੀ ਗੱਪ ਮਾਰਤਾ ਕੀ ਮਾਰਤਾ ਗੱਪ ਸਿਆਣੇ ਬਹਿਣ ਲਾ ਤੁਸੀਂ ਕਿਹੜਾ ਮਾਰਦੇ ਨੀ ਗੱਪ ਗੱਪ ਮੈਂ ਕਦੋਂ ਮਾਰਿਆ ਰੱਬ ਨੂੰ ਜਾਣ ਦੇਣੀ ਆ ਤੈਨੂੰ ਤਾਂ ਤੂੰ ਗੱਪ ਮਾਰੀ ਜਾਂਦਾ ਉਰੇ ਤੈਨੂੰ ਤਾਂ ਲੱਗਣੀ ਆ ਗੱਪ ਜੇ ਚੱਜ ਦੀ ਗੱਲ ਦੱਸਦੇ ਤਾਂ ਕਰਤਾਰ ਮਾੜਾ ਭਾਈ ਬੋਲਦੀ ਨੀ ਆਪਾਂ ਤਾਂ ਉਹ ਪੱਟੂ ਰੁਕਤਾ ਯਾਰ ਇੱਕ ਵਾਰੀ ਤਾਂ ਰੁਕ ਜਾ ਹੁਣ ਗੋਲੇ ਖੇਡਦੇ ਨੂੰ ਚੱਕ ਲਿਆ ਗੱਲ ਤਾਂ ਦੱਸ ਦੇ ਕੀ ਹੋ ਰਹੀ ਆ ਮੇਰਾ ਭਾਈ ਆ ਤੂੰ ਹਾਂ ਹੈਗਾ ਕਿਸੇ ਨੇ ਦੱਸਤਾ ਨਹੀਂ ਨਹੀਂ ਦੱਸਦਾ ਕਿਹੜਾ ਸਾਡਾ ਵਾਲਾ ਬੁੜਾ ਨਾ ਯਾਰ ਉਹ ਵਿੱਚ ਮੂਤ ਦਿੰਦਾ ਅੱਛਾ ਵਿੱਚ ਮੂਤ ਦਿੰਦਾ ਮੇਰੀ ਮੰਮੀ ਦਾ ਚੱਲਦਾ ਨਹੀਂ ਤਾਂ ਰੋਬ ਉਹ ਮੈਨੂੰ ਕੁੜ ਗਿਆ ਨਾ ਐ ਦੱਸ ਤੂੰ ਮੇਰਾ ਕੀ ਕਸੂਰ ਆ ਯਾਰ ਉਹ ਅੱਛਾ ਉਹ ਤਾਂ ਚੱਲ ਛੱਡ ਹੁਣ ਆਪਾਂ ਜਾ ਕਿੱਥੇ ਰਹਾ ਟਾਲਾ ਡਾਕਟਰ ਨੇ ਅੱਡੇ ਵਾਲਾ ਹਾਂ ਜੀ ਹੈਗਾ ਆਪਾਂ ਨੇ ਉਹਦੇ ਲਵੇ ਜਾਣਾ ਉਹ ਤਾਂ ਦਵਾਈ ਲਿਆਉਣੀ ਆ ਹੁਣ ਚੱਲ ਠੀਕ ਆ ਪਰ ਐ ਚੱਲਦੇ ਆਪਾਂ ਮੈਂ ਤਾਂ ਯਾਰ ਰੋਜ਼ ਕੁੱਟਖਾਨਾ ਬਚੂੰਗਾ ਆਇਆ ਸੇਤੀ ਭੱਜ ਲਾ ਯਾਰ ਇਹਦਾ ਸਾਰੇ ਪਿੰਡ ਚ ਟੰਡੋਰਾ ਪਿੱਟ ਰੱਖਿਆ ਅਖੇ ਵਿੱਚ ਮੂਤਦਾ ਨਾ ਤੁਹਾਡੇ ਉੱਤੇ ਮੂਤਦਾ ਮੈਂ ਅੱਜ ਬਾਖਾਂ ਜਾਂਦੇ ਮੇਰੇ ਵਾਲਿਆਂ ਦੇ ਕੰਨ ਖਿੱਚਣੇ ਪੈਣਗੇ ਕਿ ਭੈਣ ਦੀ ਮਰ ਆ ਗਿਆ ਕਿਉਂ ਦੱਸਦੇ ਹੋ ਕਿਸੇ ਨੂੰ ਵੀ ਪਾਪਾ ਵਿੱਚ ਮੂਤਦਾ ਭੈਣ ਦੀ ਮਰਾ ਗਿਆ ਕੱਲ ਨੂੰ ਇੱਥੇ ਵੋਟਾਂ 'ਚ ਖੜਾ ਹੋ ਗਿਆ ਮੈਂਬਰੀ ਦੀ ਸਰਪੰਚੀ ਦੇ 'ਚ ਕਿਹੜਾ ਪਾਊਗਾ ਕੋਈ ਅੱਖ 'ਚ ਅੱਖ ਆਪਾਂ ਕੇ ਗੱਲ ਨਹੀਂ ਕਰਨੀ ਜੋਕਰ ਛੱਡਿਆ ਕਿਸੇ ਦੀ ਮਿੰਟ 'ਚ ਕਹਿਦਾ ਉੱਥੇ ਕਹਿੰਦਾ ਵਿੱਚ ਮੂਤ ਦਾ ਕੀ ਗੱਲ ਗੱਪ ਸਮਝਦੇ ਨੇ ਚੀਜ਼ਾਂ ਨੂੰ ਤੁਹਾਨੂੰ ਪਤੀ ਨਹੀਂ ਕੀ ਹਾਲ ਨੇ ਕਰਤਾਰਿਆ ਕਿਵੇਂ ਆ ਠੀਕ ਆ ਨਾਲੇ ਕਰਤਾਰਾ ਕੀ ਹੁੰਦਾ ਚਾਚਾ ਲੱਗਦਾ ਤੇਰਾ ਮੈਂ ਉਹ ਚੱਲ ਚਾਚਾ ਗੋਦੀ ਚੱਕਿਆ ਹੋਇਆ ਜੀ ਕਿਵੇਂ ਬਹਿ ਗਏ ਇੱਥੇ ਬਸ ਉਹੀ ਬਹਿ ਗਏ ਇੱਥੇ ਮੈਂ ਦੇਖਣਾ ਹੈਗਾ ਮਹਾਂ ਪਹਿਲੇ ਸਰਕਾਰਾਂ ਨੇ ਕਿਵੇਂ ਪਾਰਕ ਦੇ ਵਿੱਚ ਕੀ ਗੱਲਾਂ ਕੀਤੀਆਂ ਨੇ ਨਲਾਇਕੀਆਂ ਵੀ ਜਾਂ ਕਿਵੇਂ ਜਾਇਜ਼ਾ ਲੈ ਰਹੇ ਹਾਂ ਜਾਇਜ਼ਾ ਸਰਕਾਰਾਂ ਨੇ ਕਰਿਆ ਨਾਲੇ ਹੁਣ ਵਾਲੀਆਂ ਦੇਖੀ ਤੂੰ ਚੀਜ ਬਣਾ ਦੂ ਆਪਣਾ ਨੋਬਲ ਗਲੋਬਲ ਪੰਜਾਬ ਬਣਾ ਦੂ ਚੀਜ ਠੀਕ ਹੈ ਠੀਕ ਹੈ ਠੀਕ ਹੈ ਤੂੰ ਦੇਖੀ ਜਾ ਚਿੱਬ ਕੱਢ ਦੂ ਅੱਛਾ ਕਰਤਾਰ ਦੇ ਹੱਥ ਤੋਂ ਬਾਰੇ ਥੋੜੀ ਆ ਉਹ ਯਾਰਾਂ ਦਾ ਯਾਰ ਬਾਹਲੀ ਲੀਡ ਨਾਲ ਜਿੱਤਿਆ ਹੋਏ ਚਾਓ ਚੜਿਆ ਮੈਂ ਭਤੀਜਾ ਦੇਖਿਆ ਨੀ ਤੀ ਕਦੇ ਬਣੀ ਨੀ ਤੀ ਗੱਲ ਹੈ ਦੇਖੋ ਕਰਤਾਰ ਜਹਾਜ਼ ਭੈਣ ਦਾ ਜ਼ਮੀਨ ਨੇੜੇ ਜਾ ਰਿਹਾ ਤੇਲ ਮੁੱਕ ਗਿਆ ਉਹ ਜਹਾਜ਼ ਦਾ ਪਿਛਲੇ ਦਾ ਤੂੰ ਕਹੇਗਾ ਵੀ ਤੈਨੂੰ ਕਿਵੇਂ ਪਤਾ ਕਹਿ ਵੀ ਤੈਨੂੰ ਕਿਵੇਂ ਪਤਾ ਪਤਾ ਕਿ ਮੈਨੂੰ ਜਿਹੜਾ ਪਾਇਲਟ ਸੀਗਾ ਨਾਲ ਪੜਦਾ ਰਿਹਾ ਮੇਰੇ ਬਠਿੰਡੇ ਗਣੀ ਅੱਛਾ ਨਾਲੇ ਭਗਵੰਤ ਮਾਨ ਪੜਦਾ ਇਹਦੇ ਨਾਲ ਉਹਦਾ ਭਗਵੰਤ ਮਾਨ ਸਕੂਲ ਚ ਉਹ ਮੈਂ ਨਾ ਫੌਜ 'ਚ ਦੀ ਫੌਜ 'ਚ ਵੀ ਰਿਹਾ ਮੈਂ ਫੌਜ ਵਾਲੀ ਮਾਂ ਕਰੋ ਗੱਲ ਦੱਸੂ ਤੈਨੂੰ ਆਹ ਸੁਣ ਲਾ ਪੈਪਾਂ ਨਾਲ ਤੇਲ ਪਾਉਂਦੀ ਤੀ ਉਹ ਕੱਲ ਹੁਣ ਉਹ ਘਰੇ ਆ ਜਾਂਦਾ ਬੋਲਿਆ ਇੱਥੇ ਲਾ ਲੈਂਦੇ ਜਹਾਜ਼ ਚਾਰ ਚਾਰ ਫੁੱਟੀ ਦੀ ਇਹਨਾਂ ਦੇ ਇਹ 'ਚ ਵੱਜਣਾ ਦੀ ਕਿੱਕਰ 'ਚ
ਰੂੜੀਆਂ ਤੇ ਲਾ ਲੈਂਦਾ ਜਹਾਜ਼ ਇੱਥੇ ਨਾ ਇੱਥੇ ਮੰਡੀ ਚ ਲਾ ਲੈਂਦਾ ਅੱਛਾ ਫੌਜੀ ਰਿਹਾ ਤੂੰ ਫੌਜੀ ਰਿਹਾ ਮੈਂ ਉਹ ਜਿਹੜਾ ਬਠਿੰਡੇ ਕਿਹਨੂੰ ਪੈਲਟ ਦੇ ਦੇਣਾ ਫੌਜੀ ਦਾ ਫੌਜ ਦੀ ਗੱਲ ਸੁਣ ਲਾ ਤੂੰ ਗੱਪ ਮੰਨੇਗਾ ਤੂੰ ਮੈਨੂੰ ਕਾੜੂ ਮੰਨਦਾ ਸੱਚਾ ਸੁਣਾ ਸੁਣਾ ਗੱਪ ਮੰਨੇਗਾ ਗੱਪ ਤਾਂ ਤੂੰ ਹੀ ਨੀ ਮਾਰਦਾ ਗੱਪ ਤੇ ਗੱਪ ਕਿਹਨੂੰ ਮਾਰਦਾ ਮੈਂ ਤਾਂ ਲੋਕ ਨੇ ਯਾਰ ਲੋਕਾਂ ਨੂੰ ਕੀ ਪਤਾ ਹੈ ਵੀ ਕਰਤਾਰ ਕਿੱਥੋਂ ਦੀ ਨੰਗਿਆ ਹੋਇਆ ਸੁਣਾ ਚੱਲ ਤੂੰ ਗੱਲ ਸੁਣ ਲਾ ਭਾਈ ਮੈਂ ਬੰਬ ਤੀਗੇ ਮੇਰੇ ਲਈ ਤਿੰਨ ਬੰਬ ਦੇਤੇ ਮੈਨੂੰ ਅੱਛਾ ਹਾਂ ਮੇਰੀ ਟੀਮ ਦੇ ਵਿੱਚ ਜਦੋਂ ਸਾਡਾ ਵੱਡਾ ਸਾਹਿਬ ਤੀਗਾ ਮਾਚਦਾ ਸੀ ਮੇਰੇ ਤੇ ਥੋੜਾ ਜਿਹਾ ਬੈਗ ਚ ਪਿੰਡ ਜਾਊਂਗਾ ਘਰੇ ਲੈ ਕੇ ਜਾਊਂਗਾ ਜਵਾਕ ਉੱਥੇ ਸਾਲੀ ਕਹਿੰਦੀ ਮੈਨੂੰ ਬੰਬ ਦਿਖਾਈ ਕਦੇ ਵੀਰ ਵਾਲਾ ਮੈਂ ਬੰਬ ਸਾਲੀ ਨੂੰ ਦਿਖਾ ਦਾਂਗੀ ਹਾਂ ਤੇ ਭਾਈ ਇੱਕ ਬੰਬ ਦੀਗਾ ਮਹਾ ਇਹਨਾਂ ਦੇ ਪ੍ਰਭਾਵ ਪਾਉਣੇ ਆਗੇ ਕਰਦਾ ਉਹ ਹੀ ਸਮਝਦੇ ਮੈਨੂੰ ਯਾਰ ਇੱਧਰੋਂ ਦੋ ਤਿੰਨ ਇੱਧਰ ਨੇਪਾਲ ਦੇ ਮੈਂ ਬੰਬ ਮਹਾ ਹੱਥ ਚ ਫੜ ਕੇ ਚਲਾ ਕੇ ਦਿਖਾਉਂਗਾ ਉਹ ਪੜਾਕੇ ਵਾਂਗੂ ਬੰਬ ਨੂੰ ਹਾਂ ਮਹਾ ਬੋਲ ਤੇ ਪੜਾਕੇ ਗ੍ਰੇਨੇਡ ਹਾਂ ਸੌ ਖਾ ਬਈ ਭਈ ਐ ਲਾ ਲਿਆ ਮੈਂ ਜਦੋਂ ਉਹਨਾਂ ਨੇ ਤਾਂ ਕਿਤੇ ਵੱਡੇ ਸਾਹਿਬ ਨੇ ਵੀ ਸ਼ਿਕਾਇਤ ਕਰਤੀ ਕਹਿੰਦੇ ਕਰਤਾਰ ਐ ਕਰਕੇ ਬੰਬ ਚਲਾਉਣ ਜਾ ਰਿਹਾ ਜੀ ਕਰਤਾਰ ਲਵੇ ਆ ਗਿਆ ਹੱਥ ਬੰਨੇ ਕਹਿੰਦਾ ਮੇਰੀ ਨੀ ਰਹਿਣੀ ਗੁੱਸਾ ਮਹਾ ਮਾਚਦਾ ਮੇਰੇ ਤੇ ਜੇ ਚਲਾ ਦਿੰਦਾ ਵਧੀਆ ਮੈਂ ਕਿਹੜਾ ਕੁਛ ਹੁੰਦਾ ਨੀ ਮੈਨੂੰ ਤੈਨੂੰ ਪਤਾ ਕਿ ਹਿਸਾਬ ਹੈ ਵੀ ਇਹ ਉੱਚੀ ਪਦਵੀ ਨਾ ਮਿਲ ਜਾਏ ਮੱਛਿਆ ਮੇਰੇ ਤੇ ਉਹ ਚਬਰੀਕੀਆਂ ਮਹਾ ਕਰਦਾ ਤੂੰ ਮੈਨੂੰ ਪਤਾ ਕਰ ਤੇਰੀ ਹਿਸਾਬ ਦਾ ਤੇ ਭਾਈ ਫਿਰ ਲੱਗ ਗਈ ਲੜਾਈ ਹਾਂ ਕੈਲੀਫੋਰਨੀਆ ਨਾਲ ਲੜਾਈ ਲੱਗੀ ਕੈਲੀਫੋਰਨੀਆ ਲੱਗੀ ਸੀਗੀ ਇੱਕ ਘੰਟੇ ਲੱਗੀ ਜਦੋਂ ਤੂੰ ਨਿਆਣਾ ਸੀ ਤੈਨੂੰ ਪਤਾ ਨੀ ਉਹ ਲੜਾਈ ਆਈ ਸੀ ਉਹ ਗਾਡਰੀ ਲੈ ਗਏ ਭੈਣ ਦੇ ਮਰਾ ਗਏ ਇੱਧਰ ਸਾਡੀ ਚਾਕੇ ਚੋਰੀ ਹੋ ਕੈਲੀਫੋਰਨੀਆ ਚੋਰੀ ਦੀ ਆਦਤ ਹੈ ਮਾੜੀ ਮੋਟੀ ਕਿਸੇ ਨੂੰ ਹੁੰਦੀ ਆ ਜਦੋਂ ਸਾਰਿਆਂ ਨੂੰ ਨਹੀਂ 100 ਤਰ੍ਹਾਂ ਦੇ ਲੋਕ ਨੇ ਕਿਸੇ ਨੂੰ ਪੱਕਾਂ ਦੀ ਹੁੰਦੀ ਆ ਕਿਸੇ ਨੂੰ ਚੋਰੀ ਦੀ ਹੁੰਦੀ ਆ ਨਾ ਨਾ ਸਹੀ ਆ ਭਈ ਜਦੋਂ ਲੈ ਗਏ ਗਾਡਰੀ ਮਹਾਂ ਲੜੋ ਨਾ ਤੁਸੀਂ ਬਹਿ ਕੇ ਸਮਝੌਤਾ ਕਰ ਲਓ ਕੀ ਲੋੜ ਆ ਗਈ ਗਾਡਰੀ ਬਾਰੇ ਹਾਂ ਉਹ ਬਹੁਤ ਟਾਂਡਾ ਵੱਧ ਗਿਆ ਜੀ ਉੱਥੇ ਅੱਛਾ ਹਾਂ ਕਿਹੜਾ ਵੀ ਟੈਂਕ ਟੈਂਕ ਮੈਨੂੰ ਟੈਂਕ ਜਦੋਂ ਆ ਗਿਆ ਉਹਨਾਂ ਦਾ ਪਾਕਿਸਤਾਨ ਦਾ ਟੈਂਕ ਤੀਗਾ ਉਹ ਇੱਧਰ ਲਈ ਫਿਰਦੇ ਲੜਾਈ ਕੈਲੀਫੋਰਨੀਆ ਨਾਲ ਲੱਗੀ ਨਾ ਦੁਬਾਰੇ ਤੀਗਾ ਟੈਂਕ ਵਾਲਾ ਹੋਰ ਤੀਗਾ ਅੱਛਾ ਭਈ ਤੈਨੂੰ ਨੇ ਛੱਡਿਆ ਐ ਕਰਕੇ ਗੋਲਾ ਕਰਤਾਰ ਤਾਂ ਲੀਡ ਸਾਂਭੂਗਾ ਮੇਰੀ ਸ਼ਿਕਾਇਤ ਕਰਤੀ ਕਹਿੰਦਾ ਰਾਉਂਦ ਦੱਬ ਗਿਆ 245 ਰਾਉਂਦ ਮੇਰੇ ਜਾਣ ਕੇ ਝੋਲੇ ਚ ਪਾਤੇ ਵੀ ਇਹ ਉਹ ਕਰਦਾ ਚੋਰੀ ਕਰਦਾ ਤੈਨੂੰ ਵਿੱਚ ਮੂਤ ਦਾ ਸਾਰਾ ਪਿੰਡ ਪਿੰਡ ਤਾਂ ਉਹੀ ਭਕਾਈ ਮਾਰਦਾ ਪਿੰਡ ਪਿੰਡ ਹੁਣ ਤੂੰ ਪਿੰਡ ਨਾਲ ਲੜ ਗਿਆ ਇਹਦਾ ਮੇਰਾ ਸਾਲਾ ਤੂੰ ਮੇਰਾ ਮੂੰਹ ਤੇ ਨਾ ਖਾ ਲਈ ਤੈਨੂੰ ਦੱਸਾਂ ਸਾਰੇ ਪਿੰਡ ਦੀ ਗੁੱਜਰਾਂ ਦੀਆਂ ਸੱਤਾਂ ਚ ਬੈਠੀ ਕਦੇ ਸਾਰੇ ਪਿੰਡ ਚ ਗੱਲਾਂ ਆਉਂਦੀਆਂ ਨੇ ਗੋਦੀ ਚੱਕਦਾ ਰਿਹਾ ਸੀਟ ਸਾਫ ਕਰਦਾ ਰਿਹਾ ਤੇਰਾ ਮਲੰਗ ਦਾ ਫਿਰ ਮੂਤ ਕੀ ਮੂਤ ਦਾ ਵਿੱਚ ਚੱਲ ਚੰਗਾ ਲੰਘ ਜਾ ਤੂੰ ਬਹਿ ਜਾ ਹੁਣ ਉਹ ਤੂੰ ਬਹਿ ਜਾ ਕਰ ਕੰਮ ਕਰਿਆ ਕਰ ਕੰਮ ਲੰਘ ਜਾ ਚੰਗਾ ਵਿੱਚ ਮੂਤਣਾ ਕੁਛ ਨਹੀਂ ਜੀ ਤੂੰ ਮਲੰਗ ਲਵਲੀ ਲੱਗ ਗਿਆ ਪੁੱਤ ਪਾਣੀ ਪਿਆਉਣਾ ਦੇਖ ਕੇ ਬਈ ਕਿਤੇ ਬਾਲਾ ਪਿਆ ਦੇ ਆਫਰ ਜੇ ਮੈਂ ਸਾ ਆ ਗਿਆ ਚੌਧਿਆ ਲੋਕਾਂ ਦੇ ਧਰਨ ਪਾ ਕੇ ਕਿੱਥੇ ਗਿਆ ਸੀ ਤੜਕੇ ਦਾ ਨਾ ਮੇਰਾ ਸਾਲਾ ਤੂੰ ਬੋਲਦਾ ਕਿਵੇਂ ਆਉ ਮੌਜੂਦਾ ਸਰਕਾਰ ਆ ਸਾਡੀ ਕੀ ਬੋਲਦਾ ਸੀਐਮ 40 ਪਿੰਡਾਂ ਦਾ ਪ੍ਰਧਾਨ ਬਣਾ ਰਿਹਾ ਮੈਨੂੰ ਕਿਤੇ ਗਾਹਾਂ ਗੱਲ ਕਰਦੇ ਇੱਧਰ ਸਰੀਕਾਂ ਦੇ ਦੱਸਦੇ ਉਹ ਬਹਿ ਜਾ ਤੈਨੂੰ ਪਤਾ ਹੀ ਹੈ ਕਿਹੜਾ ਪ੍ਰਧਾਨ ਬਣਾਉਣਗਾ ਡੱਕਾ ਡੁੱਕਾ ਤੋੜ ਲਿਆ ਕਰ ਮਹਾਰਾਜ ਜੀ ਖੇਤ ਜਾਇਆ ਜਾਇਆ ਖੇਤ ਪਾਣੀ ਲੈ ਕੇ ਮੇਰੇ ਖਾਤਰ ਸਿੰਘੇ ਦਾ ਆਹ ਕੱਢੇ ਚੋਂ
ਕਰਦਨਾ ਕਰ ਲਿਆ ਕਰ ਡੱਕਾ ਤੋੜ ਲਿਆ ਕਰ ਪੁੱਤ ਮੇਰੇ ਭੁੱਖਾ ਮਰੇਗਾ ਤੇਰੇ ਪਿਓ ਸਿਰ ਤੇ ਨਾ ਤੂੰ ਸਾਡਾ ਉਹਦੇ ਲਾ ਦਿਆ ਕਰ ਸਿੰਘਾਂ ਤੇ ਗਾਲ ਦਿਆ ਕਰ ਕੋਈ 70,000 ਦੀ ਲੈ ਕੇ ਦਿੱਤੀ ਤੇ ਕਿਵੇਂ ਮੱਖ ਫਿਰਨ ਲਾਤਾ ਆਪ ਵੀ ਡੱਕਾ ਤੋੜ ਲਿਆ ਕਰੋ ਕਦੇ ਆ ਕੇ ਕੱਖ ਕੁੱਖ ਪਾ ਦਿਆ ਕਰ ਉਹਨੂੰ ਨਮਾ ਦਿਆ ਕਰ ਐਵੀਂ ਖੜੀ ਹੈਗੀ ਗੋਹੇ ਚ ਲਿਬੜੀ ਦੇਖ ਲਾ ਕਿਵੇਂ ਕਰਦਿਆ ਕਰਾਂ ਬੇਟਾ ਮੈਂ 6 ਮਹੀਨੇ ਪਹਿਲਾਂ ਤਾਂ ਮੈਂ ਚੋਣ ਜਾਬਤਾ ਚ ਫਿਰਦਾ ਰਿਹਾ ਭਗਵੰਤ ਮਾਨ ਨਾਲ ਕਿਵੇਂ ਕਰਦਾ ਮੈਂ ਫਿਰ ਕੀ ਕਰ ਲਿਆ ਤੈਨੇ ਕਰ ਲਿਆ ਕਿਉਂ ਤੀਜੀ ਲਹਿਰ ਆਈ ਆ ਗਈ ਤੀਜੀ ਲਹਿਰ ਕੁਛ ਕਰੂਗੀ ਕੇਜਰੀਵਾਲ ਸੀਐਮ ਭਗਵੰਤ ਮਾਨ ਜਿਹੜੇ ਪਹਿਲਾਂ ਰੇਤਾ ਖਾ ਗਏ ਬਾਜਰੀ ਖਾ ਗਏ ਹੁਣ ਮੰਗਣਗੇ ਇੱਕ ਨੰਬਰ ਕੰਮ ਕਰਨਗੇ ਬੇਟਾ ਇੱਕ ਨੰਬਰ ਭਗਵੰਤ ਮਾਨ ਜਿਤਾਇਆ ਭਗਵੰਤ ਮਾਨ ਜਿੰਦਾਬਾਦ ਉਹ ਤਾਂ ਕਰ ਲੈਣਗੇ ਤੂੰ ਵੀ ਕਰ ਲਿਆ ਕਰ ਕੁਛ ਡੱਕਾ ਡੁੱਕਾ ਤੋੜ ਲਿਆ ਕਰ ਖੇਤ ਮਾਰ ਲਿਆ ਕਰ ਮਾੜਾ ਮੋਟਾ ਦੇਖ ਲਿਆ ਕਰ ਹੱਥ ਪੱਲਾ ਮਾਰ ਲਿਆ ਕਰ ਇਹਨਾਂ ਨੂੰ ਸਾਂਭ ਲੈ ਤੂੰ ਕਾਹਦੇ ਖਾਤਰ ਛੱਡਿਆ ਹੋਇਆ ਮੈਂ ਵੋਟਾਂ 'ਚ ਜਾਵਾਂ ਕਿ ਲੋਕਾਂ ਦੇ ਸਮਝੌਤੇ ਕਰਾਂ ਮੈਂ ਕਿੱਧਰ ਜਾਵਾਂ ਪਸ਼ੂ ਸਾਂਭਾਂ ਮੈਂ ਵੋਟਾਂ 'ਚ ਕੀ ਕਰ ਲੈਂਗਾ ਗੱਦਿਆਂ 'ਚ ਤਾਂ ਮੂਤ ਪੈ ਤੂੰ ਮੂਤ ਮਾਰੀ ਜਾਂਦਾ ਉੱਥੇ ਜਾ ਕੇ ਦੇਖ ਲੈ ਬੇਟਾ ਪੇਟੀਆਂ ਵਾਲੇ 'ਚ ਬੜਿਆ ਨਹੀਂ ਜਾਂਦਾ ਬੇਟਾ ਬੇਟਾ ਲੱਗਿਆ ਬੇਟੇ ਦਾ ਕੁਛ ਵੀ ਹੋਵੇ ਆਪਣਾ ਕੇਜਰੀਵਾਲ ਸੀਐਮ ਭਗਵੰਤ ਮਾਨ ਹੁਣ ਕੈਬਨਿਟ ਚੁਣਨਗੇ ਨਾਲ ਕੌਣ ਉਹ ਤਾਂ ਚੁਣੀ ਜਾਣਗੇ ਤੂੰ ਤਾਂ ਕੱਖ ਕਰ ਲੈ ਕੁਝ ਕਰ ਲੈ ਕੰਮ ਮੂੰਹ ਤੇ ਮਾਰੂ ਥਾਪੜਾ ਪਾਣੀ ਪੈਣਾ ਨੂੰ ਪਾਣੀ ਮੈਂ ਤਾਂ ਪਿਆਤਾ ਤੂੰ ਵੀ ਕਰ ਲੈ ਨਹੀਂ ਸੁਣਦੀ ਆ ਨਹੀਂ ਚਰਨਾ ਸੁਣ ਕਿਨੂੰ ਬਾਜਾ ਮਾਰੀਆਂ ਨਾ ਗਈ ਹੋਈ ਆ ਅਗਲੀ ਲੜ ਲੜ ਕੇ ਭੇਜਤੀ ਮਾਮਾ ਲੈ ਗਿਆ ਸੀ ਉਹਨੂੰ ਕਦੋਂ ਲੈ ਗਿਆ ਉਹ ਘੰਟਾ ਪਹਿਲਾਂ ਲੈ ਕੇ ਗਿਆ ਸ਼ੁਕਰ ਮਨਾ ਤੂੰ ਮਿਲਿਆ ਨੀ ਉਹਨੂੰ ਨਹੀਂ ਤੇਰੀਆਂ ਲੱਤਾਂ ਤੋੜਦਾ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਕੇ ਗਿਆ ਸੰਗੋ ਤੈਨੂੰ ਉਹ ਮੇਰੀ ਗੱਲ ਸੁਣ ਲੈ ਇੱਥੇ ਰਹੂੰਗਾ ਤੇਰੀ ਮਾਂ ਪਹਿਲਾਂ ਕਿਵੇਂ ਬਾਗੀ ਤੇਰੀ ਮਾਂ ਬਿਨਾਂ ਗੈਰ ਹਾਜ਼ਰੀ ਤੋਂ ਮੇਰੀ ਬਗਾਨੇ ਮਰਦ ਨਾਲ ਕਿਵੇਂ ਗਈ ਹੈਗੀ ਉਹ ਚੌਦਿਆ ਭਾਈ ਆ ਉਹਦਾ ਬਗਾਨਾ ਮਰਦ ਨੀ ਹੈਗਾ ਭਗਾਈ ਮਰੀ ਜਾਂਦੇ ਡੱਕ ਕੇ ਐ ਕਿਵੇਂ ਜਾ ਸਕਦਾ ਉਹ ਮੇਰਾ ਕਰਸ ਉਹ ਜਾ ਨਾਲਾ ਜਾ ਕੇ ਨਾਲਾ ਸਾਰਾ ਘਰ ਸੁੰਨਾ ਹੋ ਗਿਆ ਮੈਂ ਕੀ ਕਹਿੰਦਾ ਸੀ ਉਹਨੂੰ ਉਹ ਚੌਰਿਆ ਸ਼ਰਮ ਕਰ ਲਾ ਹਜੇ ਕੁਛ ਕਸਦੀ ਹੈ ਕੀ ਕਹਿੰਦਾ ਮੈਂ ਹਜਾ ਗੱਦੇ ਤਾਈ ਨੀ ਛੱਡੇ ਦਰਿਆ ਤਾਈ ਨੀ ਛੱਡਿਆ ਖੇਸ ਤਾਈ ਨੀ ਛੱਡੇ ਬਾਣ ਵਾਲੇ ਮੰਜੇ ਤਾਈ ਨੀ ਛੱਡੇ ਲੱਕੜ ਵਾਲੇ ਮੰਜੇ ਤਾਈ ਨੀ ਛੱਡੇ ਸਾਰੇ ਕਾਸੇ ਤੇ ਮੂਤ ਮੂਤ ਕੇ ਭਰਤਾ ਸਾਰਾ ਬਾਣ ਖਰਾਬ ਕੀਤਾ ਪਿਆਗਾ ਉਹ ਇੰਨੇ ਤਾਂ ਉਹ ਮੇਰੇ ਪੋਤੜੇ ਤੋਂ ਉਹਦੀ ਔਖੀ ਨਹੀਂ ਹੋਈ ਹੋਣੀ ਜਿੰਨਾ ਤੇਰਾ ਮੱਥਾ ਡੰਬਦੀ ਨਾ ਔਖੀ ਹੋ ਗਈ ਹੋਣੀ ਲਾਏ ਆਉਣ ਦੇ ਉਹ 10 ਦਿਨ ਜਿਹੜੇ ਲੱਗਦੇ ਨੇ ਹੱਥ ਠੀਕ ਹੋ ਜਾਣਗੇ ਵਿਚਾਰੇ ਨੂੰ ਸਾਹ ਆਜੂਗਾ ਮਾੜਾ ਮੋਟਾ ਆਜੂਗਾ ਸਾਹ ਮੈਂ ਦੱਸ ਕੀ ਉਹਦੇ ਗੜ ਤੇ ਗੂਠਾ ਦਿੱਤਾ ਸੀਗਾ ਸਾਹ ਆਜੂਗਾ ਸੀਐਮ ਚੰਨੀ ਸਾਹਿਬ ਸੱਚ ਚੰਨੀ ਚੜਿਆ ਪਿਆ ਮੂੰਹ ਤੇ ਹਰਿਆ ਗਾ ਬਹੁਤ ਵੋਟ ਤੇ ਹਰ ਗਏ ਤਾਂ ਉਹ ਭਗਵੰਤ ਮਾਨ ਸਾਹਿਬ ਮੇਰੇ ਭਗਵੰਤ ਮਾਨ ਸਾਹਿਬ ਨੇ ਆਉਣਾ ਸੀਗਾ ਉਰੇ ਵਧਾਈਆਂ ਦੇਣ ਕਿੱਧਰ ਬਾਗੀ ਆਪ ਉਹ ਕੁਛ ਨੀ ਦੇ ਕੇ ਜਾਂਦੇ ਤੈਨੂੰ ਮਾੜਾ ਮੋਟਾ ਹੱਥ ਉੱਥ ਪੱਲਾ ਮਾਰ ਲਿਆ ਕਰ ਠੀਕ ਹੈ ਕਿਵੇਂ ਨੀ ਜਾਂਦੇ ਤੀਜੀ ਲਹਿਰ ਸਟਾਰਟ ਕਰੀ ਅਸੀਂ ਹੁਣ ਕੁਛ ਕਰਕੇ ਦਿਖਾਵਾਂਗੇ ਸਾਰੇ ਵਰਕਰਾਂ ਤੇ ਸਾਰੇ ਹਸਪੀਟਲਾਂ ਦੇ ਵਿੱਚ ਇੱਕ ਨੰਬਰ ਕੰਮ ਹੋਣਗੇ ਮੇਰਾ ਕੌਣ ਕਰੂਗਾ ਮੇਰਾ ਭਗਵੰਤ ਮਾਨ ਕਰੂਗਾ ਉਹ ਮੇਰਾ ਕੇਜਰੀਵਾਲ ਕਰੂ ਉਮੀਦਾਂ ਨੇ ਲੋਕਾਂ ਨੂੰ ਹੁਣ ਤੀਜੀ ਲਹਿਰ ਆਊਗੀ ਕਰਿਆ ਕੁਛ ਤੀਜੀ ਲਹਿਰ ਤੂੰ ਵੀ ਕੁਛ ਕਰ ਲਿਆ ਕਰ ਮਾੜਾ ਮੋਟਾ ਕਰ ਲਿਆ ਕਰ ਭਾਈ ਬਣ ਕੇ ਵੱਡਾ ਭਾਈ ਬਣ ਕੇ ਕਰ ਲਿਆ ਕਰ ਬਾਪੂ ਚੱਲ ਮੇਰੀ ਗੱਲ ਸੁਣ ਹਾਂ ਕੱਲ ਨੂੰ ਤਾਂ ਆ ਜਾਣਗੇ ਤੂੰ ਉਹ ਕਰ ਲੋਹੇ ਦਾ ਮੰਜਾ ਡਾ ਉੱਥੇ ਉਹ ਲੋਹੇ ਲੋਹੇ ਦਾ ਮੰਜਾ ਕੋਈ ਨਹੀਂ ਡੈਂਦਾ ਮੈਥੋਂ ਨਹੀਂ ਧੋਤੇ ਜਾਂਦਾ ਉਹ ਤਾਂ ਮੇਰੀ ਮਾਂ ਹੀ ਭਗਤਣੀ ਹੈ ਜਿਹੜੀ ਧੋ ਦਿੰਦੀ ਹੈਗੀ ਉਹ ਪਿਆ ਛੋਟਾ ਮੰਜਾ ਜਾ ਕੇ ਡਾ ਕੇ ਪਾਈ ਜਾ ਨਾਲੇ ਇਹਨਾਂ ਨੂੰ ਬਦਲ ਲੈ ਜੁੱਬੜ ਪਾਇਆ ਜਿਹੜਾ ਦੇਖ ਲਾ ਉਹ ਦੇਖ ਲੈ ਭੈਣ ਦਾ ਤੀਜੀ ਸਰਕਾਰ ਆ ਗਈ ਕਿੰਨੀ ਇੱਜ਼ਤ ਹੋ ਗਈ ਮੇਰੀ ਮੁਲਕ 'ਚ ਸਾਰਾ ਪਿੰਡ ਸਲੂਟ ਮਾਰਦਾ ਇੱਥੇ ਦੇਖ ਲਾ ਭੋਰਾ ਇੱਜ਼ਤ ਨਹੀਂ ਹੈਗੀ ਮੇਰੇ ਸਾਲਿਓ ਕੋਈ ਨਾ ਮਰੋਗੇ ਨਰਕਾਂ ਨੂੰ ਜਾਓਗੇ 32 ਦੇ 32 ਦੰਦ ਨੇ ਭਗਵੰਤ ਮਾਨ ਦਾ ਕਹਿਣਾ ਉਹ ਵੀ ਆਈ ਕਹਿੰਦਾ ਤੀ ਦੇਖ ਲੈ 32 ਦੰਦ ਤੀ ਚੰਨੀ ਹਰਾਤਾ ਮਜੀਠੀਆ ਹਰਾਤਾ ਪੈ ਜਾਓ ਸਭ ਸਫਾਇਆ ਕਰਤਾ ਪੰਜਾਬ ਦਾ ਹੁਣ ਇੱਕ ਨੰਬਰ ਕੰਮ ਹੋਣਗੇ ਸਾਰੇ ਮੇਰੇ ਸਾਰੇ ਨੰਗਾ ਆ ਰਿੰਗੀ ਜਾਂਦੀ ਆ ਦੇਖ ਲੈ ਇਹਨੂੰ ਬਣਾਉਣ ਨੂੰ ਦੇਖ ਲੂਗਾ ਕੋਈ ਨੀ ਓ ਲਵਲੀ ਚਾਹ ਨੀ ਪੀਤਾ ਮੈਂ ਮੇਰੇ ਖਾਤਰ ਬਲੈਕ ਜੀ ਕਰ ਲਈ ਯਾਰ ਉਹ ਇੰਦਰ ਨੇ ਪਿਆਈ ਅੱਜ ਬੜੀ ਸਵਾਦ ਦੀ ਲਾਈ ਚਾਹ ਮਾਰੇ ਮੁਸਕ ਵਿੱਚੋਂ ਦੁੱਧ ਨਾਲ ਰੱਖ ਲਈ ਆਪਾਂ ਜਿਵੇਂ ਤੈਨੂੰ ਲੋਟ ਲੱਗਦਾ ਜਾਂ ਭਾਜਾ ਜਾਂ ਭਾਜਾ ਮੇਰੇ ਸਾਰਿਆਂ ਵਗ ਜਾ ਮੇਰੀ ਅੱਖਾਂ ਮੂਹਰੋਂ ਮੈਨੂੰ ਤਾਂ ਉਈ ਨਹੀਂ ਤੁਸੀਂ ਵਧੀਆ ਲੱਗਦਾ ਮੈਂ ਤਾਂ ਚੰਡੀਗੜ੍ਹ ਰਹਿਣ ਲੱਗੂੰਗਾ ਜਿੱਥੇ ਮੰਤਰੀ ਰਹਿੰਦੇ ਨੇ ਕਹਿਣਾ ਚੰਡੀਗੜ੍ਹ ਤੇ ਰੱਖਣਗੇ ਤੈਨੂੰ ਸਾਰਾ ਜ਼ੋਰ ਲੱਗਾ 6 ਮਹੀਨੇ ਫਿਰਦੇ ਰਹੇ ਚੋਣ ਜਾਬਤਾ ਚ ਘਰੇ ਭੋਰਾ ਇੱਜ਼ਤ ਨਹੀਂ ਹੋ ਸਾਰੇ ਕਹਿੰਦੇ ਦੀ ਕਹਿੰਦੇ ਕਰਤਾ ਵਿੱਚ ਮੂਤਦਾ ਨਾ ਇਹਨਾਂ ਨੂੰ ਪੁੱਛੇ ਵੀ ਕਦੋਂ ਮੂਤਦਾ ਮੈਂ ਵਿੱਚ ਆ ਦੇਖ ਕੰਧ ਤੇ ਸਾਫ ਦੀਆਂ ਨਾ ਬਾਬਰ ਦੀਆਂ ਲੜਾਈਆਂ
हौड़ा जा हो गया वो शरीर तेजाब बनता है ता करके बड़ा पसाब आऊगा चौदह संघ शर्म हैगी है तेन ये ना की हो गया पचाल आ गया पुत पचालका नू आ गया सुनामी आ गई एडा गीगा हो गया मूती जाना बिच बापू सिव्या दी कंध कोले मूत दाती बापू गल सुन ला यार भाई बन के अज जिन्ना मूतना मूतला मूत मूत के बेड़ा भर दे जाए कल नू मैनू देखण वाले आ दे भाई बन के उत्थे ना मूत दी मेरी बेइज्जती ना करदी कहे तां तैनू अज डैपर लै आना हाय बड्डे साहिब जाल डैपर लै आऊंगा भाई बन के पर उत्थे ना बेइज्जती करा दी बिना बन के पुत मसा मन्ने ने पुत मैं कल नू मूतां मता मैनू लग्या सुपना रहा जिवें सिव्या दी कंध नाल मूती जाना मैं पर मैनू की पता थी मोरे कण करता पुत मैनू कासरा कोई कराया होया पुत मैनू किसी का सौ लगे कोई बाबे लवे ले जाना मैनू मैं मूत सिव्या लवे रहा थी कंध लवे पर मंजे दे के मैं आ गया बेटा मैं मेरा नहीं बेटा मैं रोंग नहीं बेटा यह गल सौ लगे वो तेन दवाई दवा देंगे भाई भाई बन के पर अज अज का दिन भाई बन के कोई ना भाई नहीं पुत बापू चल ठीक है बेटा जाके कपड़े बदल पहला था पजामा ला पुत मेरा आप ही ला ला मैं नहीं लाऊंगा मैं नहीं लाऊंगा यार वो अगर सी ना किसी ने सारा पिंड जे एडा करदा मेनू सारे पिंड नु पहले ही पता है तू पवाड़े पाउना मैं की पवाड़े पाए ने सारे पिंड नु पहले ही पता है विच मूद दंगा पाला ते नहीं गल्ला होया वो देखी लेंटर वाली छत मुगु दा चौण लग्या पया यार हुन भजन तू कासा रहेगी फेर करता जगांड टैला भी जवाब दे गया सारीयां दवाईयां मुक्कियां टैले लवे तेनु दिन 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 मैं की करा बेटा फिर मेरा की कसूर है होर कसूर नहीं है होर की है पुत तेरी मैं जीन पा ला उम्र लगे तो एक पजामा तेन अज ही ना बैगी जीन पवा दा मैं तेन कितनी बारी कहा मूत सौन तो पहला मूत लिया कर और मैं नहीं मारा तेरी पंटी पाऊ देखने वाले आ रहे ने जा पाला बूट कट पाउनी जेड़ी कल नू हो गया तेरी मां करके होया सारा कुछ तेरी मां बागू दे गम च मूत रहा मामी मां ता अज सवेरे गई हैगी तू तो पहला तो मूत दा आउनागा मूत दा आउना बापू नहीं पींदा मेरा मत्था टड़क गया
ਨਾ ਜੀ ਮੈਂ ਤਾਂ ਪੀਂਦਾ ਨਹੀਂ ਕਾਹਨੂੰ ਪੀਂਦਾ ਨਹੀਂ ਇਹ ਨਹੀਂ ਪੀਂਦਾ ਇਹਦਾ ਮੈਂ ਮੈਨੂੰ ਹੀ ਮਾੜਾ ਇੱਕ ਹੀ ਗੱਲ ਐਵੇਂ ਸੀਗੀ ਤੁਹਾਡਾ ਸਿਮਰ ਤੇ ਸਾਡੀ ਮਿੰਸੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਅੱਛਾ ਤੇ ਇਸ ਕਰਕੇ ਮੇਰੇ ਬਾਪੂ ਜੀ ਨੇ ਸਾਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੋਈ ਹੈ ਵੀ ਜੋ ਵੀ ਦੇਖ ਰੇਖ ਤੈਅ ਕਰਨੀ ਹੈ ਸਾਰੀ ਘਰ ਬਾਰ ਦੀ ਅੱਛਾ ਇਸ ਕਰਕੇ ਮੈਂ ਅੱਜ ਤੁਹਾਡਾ ਘਰ ਬਾਰ ਦੇਖਣ ਆਇਆ ਸੀ ਘਰ ਬਾਰ ਦਾ ਦੇਖ ਲਾ ਗੱਲ ਸੁਣ ਲਾ ਮੇਰੀ ਹਾਂਜੀ ਇਹਨੂੰ ਰਿਸ਼ਤਾ ਕਰਨਾ ਤੁਸੀਂ ਹਾਂਜੀ ਹਾਂ ਤਾਂ ਗੱਲ ਇਹਦੇ ਨਾਲ ਹੀ ਕਰ ਜੇ ਕਰਨਾ ਭਾਈ ਮੈਨੂੰ ਕੋਈ ਹੋਏਗੀ ਆ ਤਾਂ ਮੇਰੇ ਨਾਲ ਕਰ ਆਪਣੀ ਛੱਤ ਛੁੱਤ ਚੋਂਦੀ ਕਿਤੋਂ ਛੱਤ ਕਾਹਨੂੰ ਚੋਂਦਾ ਬਾਪੂ ਚੋਂਦਾ ਮੇਰਾ ਉਹ ਤੇਰੀ